अरे मेरे कैप्टन राहुल गांधी हैं, उन्होंने तो भेजा है हर जगह। क्या बात कर रहे हो यार, कौन से कैप्टन की बात कर रहे हो यार? ਜਦੋਂ ਤੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਤੋਂ ਆਏ ਨੇ ਉਹਨਾਂ ਦੇ ਅੰਦਾਜ਼ ਕਾਫੀ ਬਦਲੇ ਬਦਲੇ ਜੇ ਨਜ਼ਰ ਆ ਰਹੇ ਨੇ। ਹਾਲੇ ਬੀਤੇ ਦਿਨ ਹੀ ਉਹਨਾਂ ਦੇ ਇੱਕ ਬਿਆਨ ਨੇ ਸਿਆਸੀ ਭੁਚਾਲ ਲਿਆ ਕੇ ਰੱਖ ਦਿੱਤਾ ਸੀ, ਜਦੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਕੌਣ ਕੈਪਟਨ, ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਨੇ ਤੇ ਉਹਨਾਂ ਨੇ ਹੀ ਮੈਨੂੰ ਪਾਕਿਸਤਾਨ ਭੇਜਿਆ ਸੀ। ਪਹਿਲਾਂ ਤੁਸੀਂ ਉਹ ਬਿਆਨ ਸੁਣ ਲਵੋ। ਅਰੇ ਮੇਰੇ ਕੈਪਟਨ ਰਾਹੁਲ ਗਾਂਧੀ ਹੈ, ਉਹਨਾਂ ਨੇ ਤਾਂ ਭੇਜਿਆ ਹਰ ਜਗ੍ਹਾ। ਕੀ ਬਾਤ ਕਰ ਰਹੇ ਹੋ ਯਾਰ, ਕੌਣ ਸੇ ਕੈਪਟਨ ਕੀ ਬਾਤ ਕਰ ਰਹੇ ਹੋ ਯਾਰ? कैप्टन अमरिंदर सिंह जी की, वो तो आर्मी के कैप्टन है भाई, मेरा कैप्टन राहुल गांधी साहब है। पर हुन विरोधियों वालों इतराज जताए जानते, मामले दे तूल फड़े जानते सिद्धू अपने ही बयान तो पलट गए ने। उन्होंने एक ट्वीट लिख के कहा कि मेनू पाकिस्तान राहुल गांधी ने नहीं भेजा सी, मैं तो पाकिस्तान दे प्रधानमंत्री इमरान खान दे निजी सद्दे ते गया सी। ਜ਼ਿਕਰ ਯੋਗ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਜੁੜਿਆ ਰਹਿੰਦਾ ਹੈ, ਚਾਹੇ ਫਿਰ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪਾਕਿਸਤਾਨ ਜਾਣ ਦੀ ਗੱਲ ਹੋਵੇ, ਜਾਂ ਪਾਕਿਸਤਾਨ ਦੇ ਫੌਜ ਮੁਖੀ ਕਮਰ ਬਾਜਵਾ ਨੂੰ ਗਲੇ ਲਗਾਉਣਾ, ਜਾਂ ਫਿਰ ਪਾਕਿਸਤਾਨ ਵਿੱਚ ਅੱਤਵਾਦੀ ਹਾਫਿਜ਼ ਸਈਦ ਦੇ ਕਰੀਬੀ ਗੋਪਾਲ ਸਿੰਘ ਚਾਵਲਾ ਨਾਲ ਫੋਟੋ ਖਿਚਵਾਉਣਾ। ਪਰ ਬੀਤੇ ਦਿਨ ਹੀ ਜਿਸ ਤਰ੍ਹਾਂ ਉਹਨਾਂ ਨੇ ਕੈਪਟਨ ਦੇ ਨਾਲ ਨਾਰਾਜ਼ਗੀ ਦਾ ਜਵਾਬ ਦਿੱਤਾ ਸੀ, ਲੱਗਦਾ ਹੁਣ ਉਹ ਇਸ ਵਿੱਚ ਆਪ ਹੀ ਫਸ ਗਏ ਨੇ। ਅਰੇ ਮੇਰੇ ਕੈਪਟਨ ਰਾਹੁਲ ਗਾਂਧੀ ਹੈ, ਉਹਨਾਂ ਨੇ ਤਾਂ ਭੇਜਿਆ ਹਰ ਜਗ੍ਹਾ। क्या बात कर रहे हो यार, कौन से कैप्टन की बात कर रहे हो यार? ब्यूरो रिपोर्ट, डेली पोस्ट, पंजाबी। कि तुसी भी विदेश विच अपना भविष्य बनाना चाहते हो, पाओ विदेश विच पढ़ाई करन दा मौका पिरामिड ई सर्विस दी सलाह नाल। स्टडी इन कनाडा, न्यूजीलैंड, ऑस्ट्रेलिया एंड जर्मनी, 14 सालां दा तजुर्बा, भारत अते पंजाब सरकार तो मान्यता प्राप्त पिरामिड ई सर्विस, जलंधर, लुधियाना, मोगा, पठानकोट, पटियाला, बठिंडा, चंडीगढ़ अते नवी दिल्ली। वधेरे जानकारी लई संपर्क करो 93978 93978।